ਜਲੰਧਰ ਵਿੱਚ ਅੱਜ ਕਿਸਾਨਾਂ ਤੇ ਲਤੀਪੁਰਾ ਦੇ ਲੋਕਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਦੋਨਾਂ ਪਾਸਿਓਂ ਬੰਦ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਉਹਨਾਂ ਦੀ ਮੰਗ ਹੈ ਕਿ ਇੰਪਰੂਵਮੈਂਟ ਟਰਸਟ ਵੱਲੋਂ ਉਹਨਾਂ ਦੇ ਘਰ ਜਿਹੜੇ ਤੋੜੇ ਗਏ ਹਨ ਉਹਨਾਂ ਨੂੰ ਦੁਬਾਰਾ ਬਣਾਇਆ ਜਾਵੇ। ਧਰਨੇ ਤੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ ਕਿ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੀਪ ਸਿੰਘ ਭੰਡਾਲ, ਆਗੂ ਪੰਜਾਬ ਕਿਸਾਨ ਯੂਨੀਅਨ ਬਾਗੀ ਜੀ। ਜਿਹੜਾ 9 ਤਰੀਕ ਨੂੰ ਇੱਕ ਲਤੀਪੁਰਾ ਦੇ ਵਿੱਚ ਜਿਹੜਾ ਬਲਡੋਜ਼ਰ ਕਲਚਰ ਚਲਾਇਆ ਗਿਆ, ਇਹਨਾਂ ਨੇ ਬਲਡੋਜ਼ਰ ਨਾਲ ਇਹਨਾਂ ਨੇ ਮਕਾਨ ਢਾਏ ਗਏ ਆ ਲਤੀਪੁਰਾ ਮੁਹੱਲਾ ਦੇ ਵਿੱਚ, ਉਸ ਦੇ ਵਿੱਚ ਆਪਣੇ ਵਿਰੋਧ ਦੇ ਵਿੱਚ ਅੱਜ 2 ਘੰਟੇ ਦੇ ਲਈ ਮੋੜ ਵਸੇਬਾ ਕਰਾਉਣ ਦੇ ਲਈ ਉੱਥੇ ਲੋਕਾਂ ਦਾ 2 ਘੰਟੇ ਦੇ ਲਈ ਹਾਈਵੇ ਜਾਮ ਕੀਤਾ ਗਿਆ ਵਾ। ਨਹੀਂ ਸਰ, ਇਹ ਨਹੀਂ ਗੱਲ ਕਹਿ ਸਕਦੇ ਅਸੀਂ, ਸਿੱਟਾ ਨਹੀਂ ਨਿਕਲਿਆ। ਸਿੱਟੇ ਦੇ ਉਸ ਸੰਘਰਸ਼ ਤੋਂ ਬਾਅਦ ਲਗਭਗ 3 ਮੀਟਿੰਗਾਂ ਸਾਡੀਆਂ ਪ੍ਰਸ਼ਾਸਨ ਨਾਲ ਬੇਸਿੱਟਾ ਰਹੀਆਂ ਨੇ, ਪਰ ਗੱਲਬਾਤ ਚੱਲ ਪਈ ਆ। ਪਰ ਜਿਹੜੀ ਆਪਣੀ ਸਰਕਾਰ ਆ ਉਹ ਆਪਣੇ ਅੜੀਅਲ ਰਵੱਈਏ ਦੇ ਉੱਪਰ ਕਾਇਮ ਆ ਕਿ ਨਾ ਤਾਂ ਅਸੀਂ ਜਿਹੜਾ ਆਪਣੀ ਭੱਦੀ ਸ਼ਬਦਾਵਲੀ ਡੀ ਸੀ ਪੀ ਜਸਕਰਨਜੋਤ ਸਿੰਘ ਤੇਜਾ ਨੇ ਬੋਲੀ ਆ, ਨਾ ਉਹਦੇ ਖਿਲਾਫ਼ ਕੋਈ ਕਾਰਵਾਈ ਅਸੀਂ ਕਰਨੀ ਆ, ਨਾ ਹੀ ਇਹਨਾਂ ਲੋਕਾਂ ਨੂੰ ਮਕਾਨ ਉੱਥੇ ਬਣਾ ਕੇ ਦੇਣੀ ਆ। ਪਰ ਜਿਹੜੀ ਲਤੀਪੁਰਾ ਮੁੜ ਵਸੇਬਾ ਮੋਰਚਾ ਬਣਿਆ ਹੈ ਉਹਦਾ ਕਿ ਉਹਦੀ ਗੱਲ ਹੈ ਕਿ ਅਸੀਂ ਮਕਾਨ ਇਹਨਾਂ ਲੋਕਾਂ ਨੂੰ ਇੱਥੇ ਹੀ ਦੁਬਾਰਾ ਬਣਾ ਕੇ ਦੇਣਾ ਹੈ ਹੀ ਆ। ਇਹ ਜਦੋਂ ਵੀ ਲੋਕਾਂ ਨੂੰ ਇੱਕ ਭੁਲੇਖੇ ਹੁੰਦੇ ਵੀ 2 ਸਰਕਾਰਾਂ ਬਦਨਾਮ ਹੋ ਚੁੱਕੀਆਂ, 3 ਬਦਲ ਲਿਆ, ਅਸਲ 'ਚ ਬਦਲ ਕੁਛ ਨਹੀਂ ਆਉਂਦਾ, ਇਹ ਬਦਲ ਸਿਰਫ ਚਿਹਰੇ ਵਾਲਾ ਬਦਲ ਆਉਂਦਾ ਹੈ। ਉਹੋ ਹੀ ਕੇਜਰੀਵਾਲ ਜਿਹੜਾ ਆ ਠੰਡ ਦੇ ਵਿੱਚ ਉੱਥੇ ਇਹਨੇ ਸ਼ੈਲਟਰ ਬਣਾਏ ਆ, ਜਿੱਥੇ ਦਿੱਲੀ ਦੇ ਵਿੱਚ ਉਹਨਾਂ ਨੂੰ ਕੰਬਲ ਬਣਦਾ, ਪਖੰਡ ਕਰਦਾ, ਇੱਥੇ ਲਖੀਪੁਰਾ ਦੇ ਵਿੱਚ ਤੁਸੀਂ ਦੇਖਿਆ ਵੀ ਜਿਹੜੇ 1947 ਦੇ ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ ਸੀ, ਉਹ ਇਹ ਜਿਹੜਾ ਮੁਹੱਲਾ ਸੀਗਾ ਜਿੱਥੇ ਵਸੇ ਆ, ਇੱਥੇ ਛੱਪੜ ਸੀ, ਗੰਦਾ ਪਾਣੀ ਹੁੰਦਾ ਸੀ, ਸਿਰ 'ਤੇ ਟੋਕਰੇ ਚੱਕ ਕੇ ਇਹਨਾਂ ਨੇ ਉਹ ਥਾਂ ਪੂਰੀਆਂ ਆਪਣੇ ਰੈਲ ਬਸੇਰੇ ਬਣਾਏ, ਔਰ ਉਹਨਾਂ ਨੇ ਮਿਹਨਤ ਕਰਕੇ ਪੱਕੇ ਘਰ ਬਣਾ ਲਿਆ। ਉਹ ਜਗ੍ਹਾ ਅੱਜ ਕੀਮਤੀ ਬਹੁਤ ਹੋ ਚੁੱਕੀ ਆ, ਆਲੇ ਦੁਆਲੇ ਧਨਾੜ ਲੋਕ ਆ, ਬੜੇ ਬੜੇ ਮਾਲ ਆ, ਮਾਲ ਚੋਣ ਦਾ ਏਰੀਆ ਬਣ ਗਏ, ਉਹ ਬਣ ਗਿਆ ਅਤੇ ਅੱਜ ਇਹਨਾਂ ਨੇ ਉਹਨਾਂ ਲੋਕਾਂ ਨੂੰ ਉਜਾੜ ਦਿੱਤਾ। ਜਦੋਂ ਕਿ ਪ੍ਰਸ਼ਾਸਨ ਨਾਲ ਮੀਟਿੰਗਾਂ ਹੋ ਚੁੱਕੀਆਂ, ਪ੍ਰਸ਼ਾਸਨ ਨੂੰ ਇੱਕ ਐਡੀ ਸ਼ਰਮ ਦੀ ਗੱਲ ਆ, ਜਦੋਂ ਡੀ ਸੀ ਸਾਹਿਬ ਸਾਨੂੰ ਪੁੱਛਦੇ ਆ ਬਈ ਦੱਸੋ ਅਸੀਂ ਕਿਹੜੇ ਲੋਕਾਂ ਨੇ ਮਕਾਨ ਢਾਏ ਆ, ਉਹਨਾਂ ਦੀ ਲਿਸਟ ਨਾ ਦਿਓ, ਬਈ ਪ੍ਰਸ਼ਾਸਨ ਨੂੰ ਇਹ ਵੀ ਨਹੀਂ ਪਤਾ ਬਈ ਅਸੀਂ ਕਿਹਨਾਂ ਲੋਕਾਂ ਨੇ ਮਕਾਨ ਢਾਏ ਆ ਅਤੇ ਕਿਉਂ ਢਾਏ ਆ, ਇਹਦਾ ਕਾਰਨ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਸਪਸ਼ਟ ਨਹੀਂ ਕਰ ਸਕਿਆ। ਉਹਨਾਂ ਲੋਕਾਂ ਨੂੰ ਉਜਾੜ ਦਿੱਤਾ ਇਹਨਾਂ ਨੇ, ਅਤੇ ਉਹ ਲੋਕ ਕੀ ਕਰਨਗੇ ਜਦੋਂ ਆਵਾਜ਼ ਨਾ ਸੁਣੀ ਜਾਵੇ। ਇੱਦਾਂ ਠੰਡ ਦੇ ਬਾਅਦ ਨਿੱਕੇ ਨਿੱਕੇ ਬੱਚੇ 2 ਸਾਲ ਤੋਂ ਲੈ ਕੇ 80 ਸਾਲ ਤੱਕ ਸਾਡੀਆਂ ਮਾਵਾਂ ਭੈਣਾਂ ਬਜ਼ੁਰਗ ਮਾਤਾਵਾਂ ਅੱਜ ਉਹ ਠੰਡ ਦੇ ਵਿੱਚ ਠਰੂ ਠਰੂ ਕਰਦੀਆਂ ਆ ਅਤੇ ਜਥੇਬੰਦੀਆਂ ਉਹਨਾਂ ਨਾਲ ਸਾਥ ਦੇ ਰਹੀਆਂ। ਕਈ ਰਾਜਨੀਤਿਕ ਲੋਕਾਂ ਵੱਲੋਂ ਅਤੇ ਜਿਹੜੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਚੱਲ ਰਿਹਾ, ਕਿੱਦਾਂ ਦਾ ਮਾਹੌਲ ਰਿਹਾ ਜੀ? ਇੱਥੇ ਆਪਣਾ ਜਿਹੜਾ ਪ੍ਰੋਟੈਸਟ ਕਰ ਰਹੇ ਹੈਗੇ, ਔਰ ਇਹਨਾਂ ਨੇ ਜਿਹੜਾ 12 ਤੋਂ 2 ਦਾ ਟਾਈਮ ਦਿੱਤਾ ਹੈਗਾ, ਅਸੀਂ ਜਿਹੜਾ ਟ੍ਰੈਫਿਕ ਡਿਵਾਈਡ ਕੀਤਾ ਹੋਇਆ ਤਾਂ ਜੋ ਲੋਕਾਂ ਨੂੰ ਇਨਕਨਵੀਨੀਅੰਸ ਨਾ ਹੋਵੇ। ਸਰ, ਇਹਨਾਂ ਵੱਲੋਂ ਕਿਹਾ ਗਿਆ ਕਿ ਜੇ 2 ਵਜੇ ਤੱਕ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ, ਇਸ ਤੋਂ ਬਾਅਦ ਸੰਘਰਸ਼ ਤੇਜ਼ ਹੋ ਜੂਗਾ, ਲੱਗਦਾ ਕਿ ਮਾਹੌਲ ਖਰਾਬ ਹੋਣ ਦੇ ਨੇ ਸਰ? ਦੇਖੋ, ਅਲਟੀਮੇਟਲੀ ਇਹਨਾਂ ਨਾਲ ਗੱਲ ਆਲਰੇਡੀ ਪ੍ਰਸ਼ਾਸਨ 'ਤੇ ਚੱਲ ਰਹੀ ਆ, ਕੱਲ੍ਹ ਦੀ ਵੀ ਅਸੀਂ ਮੀਟਿੰਗ ਲਈ ਇਹਨਾਂ ਨੂੰ ਜਿਹੜਾ ਸੱਦਾ ਪੱਤਰ ਦਿੱਤਾ ਹੈਗਾ, ਉਸ ਤੋਂ ਬਾਅਦ ਦੇਖਦੇ ਕੀ ਹੁੰਦਾ। ਸਰ, ਇੱਕ ਪਾਸੇ ਸਰਕਾਰ ਅੜੀ ਹੋਈ, ਦੂਜੇ ਪਾਸੇ ਲੱਗਦਾ ਵੀ ਹੱਲ ਨਹੀਂ। ਦੇਖੋ, ਅਲਟੀਮੇਟਲੀ ਪ੍ਰਸ਼ਾਸਨ ਜਿਹੜਾ ਹੈਗਾ ਉਹ ਬਿਲਕੁਲ ਇਹਨਾਂ ਨਾਲ ਗੱਲਬਾਤ ਕਰ ਰਿਹਾ, ਲਗਾਤਾਰ ਗੱਲਬਾਤ ਸੰਪਰਕ 'ਚ ਹੈਗੇ ਆ, ਜਲਦੀ ਇਹਦਾ ਮਸਲਾ ਹੱਲ ਹੋ ਜਾਵੇਗਾ।